ਉਹ ਕਿਤੇ ਅਸੀਂ ਵੀ ਗਏ ਦੇਖਣ ਵਾਸਤੇ ਤਾਂ ਉਹਨਾਂ ਨੇ ਸਾਨੂੰ ਦੱਸਿਆ, ਕਹਿੰਦਾ ਜੀ ਰੱਜ ਕੇ ਤਾਂ ਅਸੀਂ ਆਪਣੀਆਂ ਰਿਸ਼ਤੇਦਾਰਾਂ ਨੂੰ ਗਊਆਂ ਦੇ ਲਈਆਂ, ਧੀਆਂ ਨੂੰ ਦੇ ਲਈਆਂ, ਦੋਹਤੀਆਂ ਨੂੰ ਦੇ ਲਈਆਂ, ਭੈਣਾਂ ਨੂੰ ਦੇ ਲਈਆਂ, ਜਿਹੜਾ ਮਿੱਤਰ ਸੱਜਣ ਤਾਂ ਉਹਨੂੰ ਦੇ ਲਈਆਂ। ਫੇਰ ਵੀ ਕਹਿੰਦਾ ਜੀ ਅੱਜ ਇਹ ਵੇਚਣੀਆਂ ਹੁਣ ਤਾਂ ਕਈ ਲੱਖ ਰੁਪਏ ਦੀਆਂ। ਇੱਕ 50 ਸਾਲ ਦੇ ਅੰਦਰ, 50 ਸਾਲ ਹੋਏ ਪਾਕਿਸਤਾਨ ਬਣੇ ਨੂੰ, ਜੇ ਉਹ ਕਹਿੰਦੇ ਅਸੀਂ ਗਿਣੀਆਂ ਤਾਂ ਨਾ ਜਾਣੇ ਕਰੋੜਾਂ ਰੁਪਈਏ ਦੀ ਕਹਿੰਦੇ ਇਹਨਾਂ ਦੀ ਆਪਣੇ ਪ੍ਰਭੂਤੀ ਬਣ ਗਏ ਹੋਊ, ਜਿਹੜੀ ਸਾਡੀ ਜ਼ਮੀਨ ਤੀ ਕਹਿੰਦੇ ਉਹ ਸੋਨਾ ਬਣਾ ਦਿੱਤੀ ਇਹਨਾਂ ਨੇ। ਤੁਸੀਂ ਜਿਸ ਚੀਜ਼ ਨੂੰ ਭੱਜੇ ਫਿਰਦੇ ਨੂੰ ਉਹ ਤੁਹਾਡੇ ਸੁੱਤਿਆਂ ਪਿਆਂ ਦੇ ਕੰਮ ਹੋ ਜਾਣਗੇ। ਤੁਸੀਂ ਜਿੱਥੇ 2 ਮੱਝਾਂ ਰੱਖਣੀਆਂ ਉੱਥੇ ਇੱਕ ਗਾਂ ਹੀ ਰੱਖੋ। ਪਰ ਉਹ ਜਿਹੜੀ ਗੱਲ ਸੰਤਾਂ ਨੇ ਕਹੀ ਹੈ, ਚਲੋ ਇਹਨਾਂ ਦਾ ਤੁਹਾਡੇ ਵਿੱਚ ਜਿਗਰਾ ਹੈ ਨਹੀਂ, ਵੀ ਬਿਨਾਂ ਦੁੱਧ ਵਾਲੀ ਨੂੰ ਤੁਸੀਂ ਬੰਨ ਦੇਣਗੇ। ਤੁਸੀਂ ਤਾਂ ਬੁੜੇ ਨੂੰ ਨਹੀਂ, ਜਿਹੜਾ ਕੰਮ ਤੇ ਹਟ ਜਾਵੇ ਉਹਨੂੰ ਨਹੀਂ ਚੱਲਦੇ, ਬੁੜੀ ਕੰਮ ਤੇ ਹਟ ਜਾਵੇ ਉਹਨੂੰ ਨਹੀਂ ਚੱਲਦੇ, ਗਾਂ ਨੂੰ ਕੌਣ ਚੱਲੂਗਾ ਬਈ। ਪਰ ਤੁਸੀਂ ਦੁੱਧ ਵਾਲੀ ਵੀ ਇੱਕ ਤਾਂ ਤੁਹਾਡਾ ਦਲਿੱਦਰ ਨਿਕਲ ਜਾਊਗਾ, ਤੁਹਾਡੀਆਂ ਗਰੀਬੀਆਂ ਨਿਕਲ ਜਾਣਗੀਆਂ। ਉਹ ਜਿਹੜੇ ਤੁਹਾਡੇ ਚਿੱਤ ਸੁੱਕੜੇ ਵੇ ਨੂੰ ਧੰਨ ਦੀ ਨਹੀਂ ਤੁਹਾਡੇ ਕੋਲ ਕਮੀ, ਤੁਸੀਂ ਕਿਤੇ ਆ ਕੇ ਇਹਨੂੰ ਦੇਖੋ ਤਾਂ ਐਂ ਦੇਖਦਾ ਬਈ ਜੇਕਰ ਸਭ ਰਾਜੇ ਹੁੰਦੇ, ਜਦ ਇੱਥੇ ਦਾਨ ਦਿੰਦੇ ਤਾਂ ਰਾਜੇ ਹੁੰਦੇ, ਹੋਰ ਕੰਮ ਵਿਆਹ ਸ਼ਾਦੀ ਕਰਦੇ ਤਾਂ ਤੁਸੀਂ ਰਾਜੇ ਹੁੰਦੇ। ਬਈ ਜਿਹੜਾ ਅੰਦਰ ਦਾ ਮਨ ਹੈ ਉਹ ਸਾਰਾ ਸੁੱਕਿਆ ਵਾ ਹੈ, ਸਭ ਕੁਛ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਤੁਸੀਂ ਇਹ ਸਮਝਦੇ ਨੇ ਵੀ ਸਾਡੇ ਕੋਲ ਕੁਛ ਵੀ ਨਹੀਂ ਹੈ। ਉਹ ਜਿਹੜੀ ਕਮਜ਼ੋਰੀ ਹੈ ਉਹ ਗਊ ਮਾਤਾ ਹੀ ਕੱਢ ਸਕਦੀ ਹੈ, ਔਰ ਤੁਹਾਡੇ ਚਿੱਤ ਦੇ ਵਿੱਚ ਵੀ ਖੁਸ਼ੀ ਰਹੂ, ਘਰਦੇ ਵਿੱਚ ਵੀ ਖੁਸ਼ਹਾਲੀ ਰਹੂਗੀ। ਅਸੀਂ ਤਾਂ ਪਹਿਲੇ ਵੀ ਕਿਹਾ ਕਰਦੇ ਹਾਂ, ਪਰ ਤੁਸੀਂ ਸਾਡੀ ਗੱਲ, ਅਸੀਂ ਤਾਂ ਕਹਿੰਦੇ ਵੀ ਜਿਹੜਾ ਗਊ ਰੱਖਦਾ ਉਹ ਇੱਥੇ ਆਇਆ ਕਰੋ, ਦੂਆ ਆਇਆ ਹੀ ਨਾ ਕਰੋ, ਕਿਆ ਲੋੜ ਹੈ ਤੁਹਾਡੀ ਫਿਰ ਇੱਥੇ। ਜੇ ਤੁਸੀਂ ਸਾਡੀ ਗੱਲ ਦਾ ਕੋਈ ਫਾਇਦਾ ਹੀ ਨਹੀਂ ਲੈਣਾ ਤਾਂ ਤੁਹਾਨੂੰ ਆਉਣ ਦਾ ਇੱਥੇ ਕਿਆ ਫਾਇਦਾ। ਜੋ ਕਥਾ ਸੁਣ ਕੇ ਤੁਸੀਂ ਉਹਦੇ ਵੱਲ ਨੂੰ ਧਿਆਨ ਹੀ ਨਹੀਂ ਦੇਣਾ ਹੈ ਤਾਂ ਕਾਹਨੂੰ ਤੁਸੀਂ ਬਾਤਾਂ ਪਾਉਣੀਆਂ ਨੇ, ਕਿਉਂ ਹਰਜੇ ਕਰਨੇ ਨੇ, ਕਿਉਂ ਸਮਾਂ ਖਰਾਬ ਕਰਨਾ, ਕਿਉਂ ਇੱਥੇ ਥੱਲੇ ਸੋਣਾ ਹੈ। ਉਹ ਸਾਨੂੰ ਵੀ ਹੱਥ ਜਾਲਣੇ ਪੈਂਦੇ, ਹਲਵਾਈ ਲਿਆਓ, ਰੋਟੀਆਂ ਬਣਾ ਬਣਾ ਵਾਲੇ ਲਿਆਓ, ਦੂਸਰੇ ਲਿਆਓ, ਭਾਂਡਿਆਂ ਵਾਲੇ ਲਿਆਓ, ਤੀਸਰੇ। ਜੇ ਤੁਸੀਂ ਉਹ ਗਿਣਵੇਂ ਮਿਣਵੇਂ ਆਵਣ ਤਾਂ ਤੁਸੀਂ ਆਪੇ ਪਕਾ ਲਿਆ ਕਰਨੀਆਂ, ਆਪੇ ਖਾ ਲਿਆ ਕਰਨੀਆਂ ਨੇ। ਇਹ ਜਿਹੜੇ ਨਿਕੰਮੇ ਆਦਮੀ ਆਉਂਦੇ ਉਹਨਾਂ ਦੇ ਲਈ ਸਾਨੂੰ ਸੌ ਕੁਛ ਕਰਨਾ ਪੈਂਦਾ। ਬਈ ਸਾਡੀ ਤਾਂ ਬੇਨਤੀ ਮੰਨ ਲਓ ਹੱਥ ਜੋੜ ਕੇ, ਬਈ ਗਾਹਾਂ ਨੂੰ ਤਾਂ ਇੱਦਾਂ ਕਰ ਲਓ, ਜ਼ਰੂਰ ਜਿਹਦੇ ਗਊ ਹੋਵੇ ਉਹ ਇੱਥੇ ਨੂੰ ਆਵੇ, ਨਹੀਂ ਇੱਥੇ ਨਾ ਆਵੇ ਬਈ, ਅਸੀਂ ਤੁਹਾਡੇ ਫੋਟੋ ਕੀਤੇ ਨੇ। ਜੇ ਸਾਡੇ ਕਹਿਤੇ ਤੁਹਾਨੂੰ ਲਾਵੇ ਹੈ ਨਹੀਂ, ਅਸੀਂ ਤੁਹਾਨੂੰ ਰੱਬ ਦੇਖਣਾ ਚਾਹੁੰਦੇ ਹਾਂ, ਤੁਸੀਂ ਇਨਸਾਨ ਵੀ ਨਹੀਂ ਬਣਨਾ ਚਾਹੁੰਦੇ ਹੋ, ਅਸੀਂ ਤਾਂ ਤੁਹਾਨੂੰ ਪਰਮਾਤਮਾ ਦੇਖਣਾ ਚਾਹੁੰਦੇ ਹਾਂ ਵੀ ਪਰਮਾਤਮਾ ਬਣ ਗਿਆ ਨਾ, ਪਰ ਤੁਸੀਂ ਤਾਂ ਇਨਸਾਨ ਵੀ ਨਹੀਂ ਬਣਦੇ ਹੋ, ਕਿਆ ਫਾਇਦਾ ਇੱਥੇ ਆਉਣ ਦਾ। ਘਰਦਿਆਂ ਨੂੰ ਨਾਰਾਜ਼ ਕਰਕੇ ਆਏ ਹੋ, ਹੁਣ ਜਾ ਕੇ ਘਰੀ ਲੜਾਈਆਂ ਕਰਨੀਆਂ, ਤੇਰੀ ਮਾਈ ਨੇ ਕਹਿਣਾ ਤੇ ਟੋਕਰ ਕੀ ਨਹੀਂ ਸਿੱਟਿਆ ਹੈ, ਤੇ ਪਾਣੀ ਕੀ ਨਹੀਂ ਭਰਿਆ ਹੈ, ਤੇ ਕੁਤਰਾ ਨਹੀਂ ਕੀਤਾ ਹੈ, ਉਹਦੇ ਜਾ ਕੇ ਅਸੀਂ ਤੈਸੀ ਦੇ ਦੇਣਾ ਹੁਣ ਜਾ ਕੇ। ਐਂ ਤਾਂ ਨਹੀਂ ਕਹਿਣਾ ਬਈ ਤੇਰੀ ਕਿਰਪਾ ਹੋਵੇ, ਤੇਰੀ ਕਿਰਪਾ ਦੇ ਨਾਲ ਮੈਂ ਉੱਥੇ ਦਰਸ਼ਨ ਕਰਿਆ ਆਇਆ, ਬਈ ਕਥਾ ਵਾਰਤਾ ਸੁਣਿਆ ਆਇਆ, ਉਲਟੀ ਹਕੂਮਤ ਕਰਦੀ ਤੁਸੀਂ ਕਰੀ ਜਾ ਕੇ। ਹੁਣ
ਇਹ ਫੈਸਲਾ ਕਰ ਲਓ ਬਈ, ਸਾਨੂੰ ਨਹੀਂ ਨਾ ਰੌਣਕਾਂ ਦੀ ਲੋੜ ਹੈ। ਅੱਗੇ ਅਸੀਂ ਇਹ ਪਰਚੇ ਛਪਾਇਆ ਕਰਦੇ ਤੇ ਲੌਂਚ ਕਰਵਾਇਆ ਕਰਦੇ ਥੇ, ਅਸੀਂ ਤਾਂ ਐਤਕੀ ਕੁਛ ਵੀ ਨਹੀਂ ਕੀਤਾ। ਸਾਡੇ ਤਾਂ ਜੇ ਕੋਈ ਮਾਲਾ ਵਿੱਚ ਹੀਰਾ ਨਿਕਲ ਜਾਂਦਾ ਹੈ, ਮਾਲਾ ਬੇਕਾਰ ਹੋ ਜਾਂਦੀ ਹੈ। ਚੌਧਰੀ ਬਾਲੂ ਰਾਮ ਤਾਂ ਇਸ ਟਰੈਸਟ ਦਾ ਪ੍ਰਧਾਨ, ਉਸ ਸ਼ਖਸ ਨੇ ਇਸ ਟਰੈਸਟ ਦੇ ਲਈ ਬੜੀ ਕੁਰਬਾਨੀ ਦਿੱਤੀ, ਇਹ ਉਸੇ ਦੀ ਮਿਹਰਬਾਨੀ ਹੈ ਜਿਹੜੇ ਕਿ ਅਸੀਂ ਇੱਥੇ ਬੈਠੇ ਹਾਂ। 100 ਕਿੱਲਾ ਜ਼ਮੀਨ ਉਹਨੇ ਦੇ ਕੇ, ਇਹਨਾਂ ਨੇ ਕਮੇਟੀ ਵਾਲੇ ਨੇ ਰੱਖ ਕੇ ਗਊਸ਼ਾਲਾ ਨੂੰ ਦੇਈ ਸੀ। ਉਸੀ ਦੀ ਲਿਹਾਜ਼ ਕਰਕੇ ਹੀ ਅਸੀਂ ਜਾਂਦੇ ਸੀ ਉਹਨਾਂ ਨੂੰ ਕਹਿਣਾ, ਬਈ ਚੌਧਰੀ ਤੈਨੂੰ ਤਾਂ ਬੜਾ ਪਾਪ ਲੱਗਣਾ, ਤੂੰ ਪ੍ਰਧਾਨ ਹੈਗਾ, ਇਹ ਗਾਈਆਂ ਮਰਦੀਆਂ ਨੇਗੀਆਂ, ਕੋਈ ਉੱਥੇ ਡਿੱਗ ਕੇ ਕੋਈ ਉੱਥੇ। ਉਹਨੇ ਕਹਿਣਾ ਜੀ ਤੁਸੀਂ ਮਦਦ ਕਰੋ। ਅਸੀਂ ਕਿਆ ਮਦਦ ਕਰੀਏ ਬਈ, ਜਦੋਂ ਗਊ ਰਕਸ਼ਾ ਦੇ ਵਿੱਚ ਅਸੀਂ ਮਾਰਾਂ ਮੂਰਾਂ ਖਾ, ਫਿਰ ਸਿਆਣੇ ਲੋਕਾਂ ਨੇ ਕਿਹਾ ਬਈ ਇਹਦੇ ਵਿੱਚ ਤਾਂ ਕਾਮਯਾਬ ਹੋ ਨਹੀਂ ਸਕਦੇ, ਜੇ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਗਊਸ਼ਾਲਾ ਦੀ ਸੇਵਾ ਕਰੋਗੇ। ਅਸੀਂ ਕਿੱਥੇ, ਉੱਤਰਕਾਸ਼ੀ ਹੈ, ਜੇਸ਼ਟ ਮਹੀਨਾ ਉੱਥੇ ਦੁਪਹਿਰ ਨੂੰ ਪਏ ਥੇ, ਐਵੇਂ ਮਨ ਦੇ ਵਿੱਚ ਗੱਲ ਆ ਗਈ ਵੀ ਸਰੀਰ ਨੇ ਖਬਰ ਕਦ ਛੁੱਟ ਜਾਣਾ। ਸਾਨੂੰ ਤਾਂ ਗੁਰੂ ਲੋਕਾਂ ਨੇ ਕਿਹਾ ਤਾਂ ਵੀ ਤੁਸੀਂ ਗਊਆਂ ਪਾਲਣ ਦੀ ਕੋਈ ਐਸੀ ਅਕਲ ਸੋਚੋ। ਉੱਥੇ ਬੈਠਿਆ ਅਸੀਂ ਫੈਸਲਾ ਕਰ ਲਿਆ ਵੀ ਹੋਰ ਤਾਂ ਜੀ ਪ੍ਰਤਿਆਲ ਦੀ ਗਊਸ਼ਾਲਾ ਚੱਲ ਕੇ ਉੱਥੇ ਸੇਵਾ ਕਰਾਂਗੇ। ਇੱਥੇ ਆ ਕੇ ਚੰਡੀਗੜ੍ਹ ਆ ਕੇ ਉਹਨਾਂ ਨੂੰ ਨਾਲ ਲਿਆਏ, ਇਹ ਜ਼ਮੀਨ ਦੇਖੀ, ਇਹ ਆਲਾ ਦੁਆਲਾ ਜਿਹੜਾ ਸੰਤਾਂ ਦੇ ਸੁਣਿਆ ਹੈ। ਇੱਥੇ ਦਾਤਣ ਨੀਤੀ ਮਿਲਿਆ ਕਰਦੀ, ਦਾਤਣ ਕਰਨ ਵਾਸਤੇ ਕੋਈ ਦਰਖਤ ਨਹੀਂ ਤਾਂ ਹੈ, ਉਹ ਤੇ ਪਹਿਲਾਂ ਵੀ ਅਸੀਂ ਇੱਥੇ ਰਹਿ ਗਏ ਹੋਵਾਂਗੇ। ਜਦ ਅਸੀਂ ਬਚਪਨ ਦੀ ਅਵਸਥਾ ਵਿੱਚ ਤਾਂ ਇੱਥੇ ਕਿ ਹਿੰਦੂ ਕੋਲੋਂ ਕਿੱਕਰ ਹੋਇਆ ਕਰਦੀ ਸੀ, ਇਹ ਕਲਾਰ ਦੇ ਸਾਰੇ ਲੋਕ ਇੱਥੇ ਰਿਹਾ ਕਰਦੇ, ਸਾਡੇ ਬਜ਼ੁਰਗ ਵੀ ਇੱਥੇ ਮੱਝਾਂ ਲਿਆਇਆ ਕਰਦੇ। ਇੱਥੇ ਇੱਕ ਕਿੱਕਰ ਸੀ ਸਿਰਫ, ਇਹ ਦਰਿਆ ਜਿਹੜਾ ਹੈਗਾ ਉਹਦੇ ਲੋਤੇ ਚੱਲਦਾ ਹੁੰਦਾ ਤਾਂ ਉਹ ਕਿਹੜਾ ਪਿੰਡ ਹੈਗਾ ਮਾਣਿਆਲ, ਉਹ ਜਿਹੜੀ ਪਿੜਕਣ ਉਹਦੇ ਨਾਲ ਬੇੜੀ ਵਧਿਆ ਕਰਦੀ ਸੀ। ਸਿਰਫ ਇੱਕ ਕਿੱਕਰ ਸੀ ਬਰੀਤੀ ਦੇ ਵਿੱਚ, ਸਾਰੀ ਦੇ ਵਿੱਚ। ਫਿਰ ਉਹ ਜਿਹੜੇ ਇੱਥੇ ਰਹਿੰਦੇ ਖੁੰਦੇ ਲੋਕ ਤੇ ਉਹ ਵਿਚਾਰੇ ਆਲਸੀ ਜਿਹੇ ਲੋਕ ਥੇ, ਉਹ ਗਊ ਮਾਤਾ ਦੀ ਕਿਰਪਾ ਦੇ ਨਾਲ ਉਸ ਚੌਧਰੀ ਨੇ ਸਾਨੂੰ ਮੋਹਰਾ ਕਰਕੇ ਜੋ ਕੁਛ ਕਿਹਾ ਉਹ ਕਮੇਟੀ ਵਾਲੇ ਨੇ ਮੰਨ ਲੈਣਾ। ਹੁਣ ਦੇਖ ਲਓ, ਮੇਰਾ ਘਰ ਸਾਲ ਤਾਂ ਜਾ ਹੋਇਆ ਨਹੀਂ, ਕਿੰਨਾ ਹੋਇਆ ਬਈ, ਸਾਲ ਹੋ ਗਿਆ। ਅਸੀਂ ਉਸ ਰਤਿਆ ਦੇ ਵਿੱਚ ਉਸ ਗਊਸ਼ਾਲਾ ਦੀ ਥੋੜ੍ਹੀ ਸੇਵਾ ਕਰਨ ਲੱਗ ਪਏ। 7 ਕਿੱਲੇ ਤਾਂ ਉੱਥੇ ਜ਼ਮੀਨ ਦੇ ਲਏ, ਚਾਹੇ ਮੰਗ ਕੇ, ਚਾਹੇ ਇਹਨਾਂ ਭਗਤਾਂ ਨੇ ਦਾਨ ਦਿੱਤਾ, ਚਾਹੇ ਮੁੱਲ। ਉਹਦੇ ਵਿੱਚ ਅਸੀਂ ਟੂਵੇ ਲਾਇਆ, 3 ਲੱਖ ਰੁਪਇਆ ਉਹਦੇ ਉੱਪਰ ਲੱਗ ਗਿਆ। ਹੁਣ 50,000 ਰੁਪਇਆ ਹੋਰ ਚਾਹੀਦਾ ਕਨੈਕਸ਼ਨ। ਅਸੀਂ ਐਸਟੀਆਂ ਤੇ ਐਸਟੀ ਆਏ ਨਹੀਂ ਕੋਈ ਵੀ, ਸਾਨੂੰ ਪਤਾ ਇਹ ਦੇਖਦੇ ਇੱਕ ਲੰਬੜਦਾਰ ਬੈਠਾ ਹੈਗਾ, ਇੱਕ ਦਾਤਰ ਕੋਈ ਹੋਊ। ਇਹ ਕਹਿੰਦੇ ਟ੍ਰੈਸਟੀਆਂ ਨੇ ਗਊਆਂ ਰੱਖਣੀਆਂ ਚੱਲੀਆਂ, ਉਹ ਇੱਥਾਂ ਉਹ ਕਹਿੰਦਾ ਘੱਟ ਨਾ ਤੋੜੀ, ਉਹ ਕਹਿੰਦਾ ਚੌਂਥੜੇ ਪਰ ਨਾ ਝੜੀ। ਉਹ ਤਾਂ ਗਲੀ ਵਿੱਚ ਉਹ ਕਹਿੰਦਾ ਉਹ ਦੇਖੀ ਘੱਟ ਨਾ ਤੋੜੀ, ਉਹ ਕਹਿੰਦਾ ਖਬਰਦਾਰ, ਕਹਿੰਦੇ ਸਾਡੇ ਚੌਂਥੜੇ ਪਰ ਨਾ ਝੜੀ। ਉਹ ਸਾਡੀ ਸ਼ਕਲ ਨਹੀਂ ਦੇਖਣਾ ਚਾਹੁੰਦੇ, ਇਹ ਉਹਨਾਂ ਦੇ ਗਾਈਆਂ ਲਿਖਾਇਆ ਚਾਹੁੰਦੇ। ਕਰਦਿਆਂ ਬੱਛੂਆਂ ਦੇ ਕੋਈ ਦੰਦ ਦੇਖਿਆ ਕਰਦਾ। 1 ਲੱਖ ਰੁਪਈਆ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਅਸੀਂ ਦੇਵਾਂਗੇ, ਅਲੰਬਰਦਾਰ ਸਾਹਮਣੇ ਬੈਠਾ। ਮੇਰਾ ਖਿਆਲ 10 ਮਹੀਨੇ ਹੋ ਗਏ, ਅਜੇ ਤੱਕ ਉਹ 1 ਲੱਖ ਰੁਪਈਆ ਨਹੀਂ ਸਾਨੂੰ ਦਿੱਤਾ। ਔਰ ਉਹ ਜਿਹੜੀ 7 ਕਿੱਲੇ ਅਸੀਂ ਲਏ ਨੇਗੇ,
ਜੇ ਘੱਟੋ ਘੱਟ ਵੀ ਹਨਗੇ ਤਾਂ ਉਹ 25 ਲੱਖ ਰੁਪਏ ਦੇ ਹਨ, ਔਰ 3 ਲੱਖ ਰੁਪਇਆ ਉਹਦਾ ਟਿਊਸ਼ਨ ਲਾ ਦਿੱਤਾ। ਇਹਨਾਂ ਨੂੰ ਕਹੋ ਤੂੰ ਸਾਡੀ ਮਦਦ ਕਰੋ, ਅਸੀਂ ਲੋਕਾਂ ਦੇ ਪੈਸੇ ਚੱਕ ਚੱਕ ਕੇ ਲਾਏ ਹੋਏ ਨੂੰ, ਅੱਜ ਦੇ ਲਓ ਇੱਕ ਵੀ ਨਹੀਂ ਆਇਆ। ਆਹ ਲੰਬੜਦਾਰ ਅੱਗੇ ਵੀ ਆ ਜਾਂਦਾ ਹੀ ਤਾਂ ਵਿਚਾਰਾ, ਮਨਾ ਲਓ ਉਹਦਾ ਗਊਆਂ ਭੇਜ ਦਿਓ ਤੇ ਉਹਨੇ ਬੰਦ ਉਹਨਾਂ ਦੀ ਕਰੀ ਦੇ ਕੇ। ਜਿਹੜੀ ਗੱਲ ਮੂੰਹ ਵਿੱਚ ਆ ਜਾਂਦੀ ਉਹ ਰੁਕ ਨਹੀਂ ਸਕਦੀ ਹੈ। ਕੋਈ ਗਰੀਬ ਬ੍ਰਾਹਮਣ ਆਪਣੇ ਘਰ 'ਚੋਂ ਨਿਕਲਿਆ ਦੁਖੀਆ ਵਾ, ਘਰ ਨਿਆਣੇ ਭੁੱਖੇ ਭੱਖੇ ਰਹਿੰਦੇ ਥੇ, ਉਹ ਘਰ ਵਾਲੀ ਵੀ ਕਲੇਸ਼ ਕਰਦੀ ਸੀ। ਉਹ ਚਲਾ ਗਿਆ ਵੀ ਕਿਸੇ ਜੰਗਲ ਵਿੱਚ ਜਾ ਕੇ ਮਾਰਾਂ ਫੇਰਾਂਗੇ, ਭੁੱਖੇ ਛਾਏ ਮਰ ਜਾਵਾਂਗੇ, ਹੋਰ ਕਿਆ ਹੋਊਗਾ। ਉਹ ਜੰਗਲ ਨੂੰ ਮਰਨ ਵਾਸਤੇ ਚਲਾ ਗਿਆ ਤਾਂ ਅੱਗੇ ਜੰਗਲ ਦੇ ਵਿੱਚ ਸ਼ੇਰ ਰਹਿੰਦਾ ਥਾ, ਸ਼ੇਰ ਰਹਿੰਦਾ ਥਾ। ਉਹਦਾ ਜਿਹੜਾ ਵਜ਼ੀਰ ਥਾ ਉਹ ਹੰਸ ਥਾ, ਉਹ ਵਜ਼ੀਰ ਦਾ ਜਿਹੜਾ ਉਹ ਹੰਸ ਥਾ ਤਾਂ ਉਹ ਉੱਪਰ ਦਰਖਤ ਦਾ ਬੈਠਿਆ ਕਰਦਾ ਤਾ, ਜਿੱਥੋਂ ਕੋਈ ਦਿਖ ਜਾਣਾ ਉੱਥੋਂ ਉਹਨੇ ਦੱਸ ਦੇਣੀ ਗੱਲ। ਜਦ ਉਦੋਂ ਉਹਨੇ ਬ੍ਰਾਹਮਣ ਨੂੰ ਦੇਖਿਆ ਉਹਨੇ ਹੋਇਆ ਵੇ, ਇਹ ਬ੍ਰਾਹਮਣ ਅਣਜਾਣ ਕੋਲੇ ਵਿਚਾਰਿਆ ਹੈਗਾ, ਇਹ ਤਾਂ ਸ਼ੇਰ ਨੇ ਆਉਂਦਾ ਹੀ ਟਿਕਾਣੇ ਲਾ ਦੇਣਾ, ਅਕਲਵੰਦ ਥਾ। ਉਹਨੂੰ ਜਗਾਉਣ ਲੱਗਾ, ਸ਼ੇਰ ਨੂੰ ਜਗਾਉਂਦਾ, ਉੱਠ ਵੇ ਕਹਿੰਦਾ, ਕਹਿੰਦਾ ਕਿਆ ਗੱਲ ਹੈ? ਕਹਿੰਦਾ ਜੇ ਤੁਹਾਡਾ ਕੋਲ ਪ੍ਰੋਹਤ ਆ ਰਿਹਾ। ਸ਼ੇਰ ਹੱਸਿਆ, ਕਹਿੰਦਾ ਸਾਡੇ ਵੀ ਪ੍ਰੋਹਤ? ਕਹਿੰਦਾ ਤੈਨੂੰ ਤਾਂ ਪਤਾ ਸ਼ਦਾਈ ਨੂੰ ਮੂਰਖ ਨੂੰ, ਮੈਂ ਤਾਂ ਬਹੁਤ ਦਿਨਾਂ 'ਤੇ ਜਾਣਨਾ, ਇਹ ਤਾਂ ਖਬਰ ਕਿੰਨੇ ਦਿਨਾਂ ਬਾਅਦ ਇਹਦਾ ਸਵਾਗਤ ਕਰਨਾ ਚਾਹੀਦਾ। ਕਹਿੰਦਾ ਪੰਡਤਾ, ਉਹਨੂੰ ਕਹਿੰਦੇ ਹੰਸ ਨੂੰ ਕਹਿੰਦੇ ਹੰਸਾ ਬਈ ਮੇਰੇ ਸਾਹਮਣੇ ਨਾ ਪ੍ਰੋਹਤ ਨੂੰ ਪਿਆ, ਉਹ ਪਰੇ ਜੇ ਰੱਖ। ਕਹਿੰਦਾ ਬਈ ਤੈਨੂੰ ਪਾਪ ਲੱਗਣਾ, ਕਹਿੰਦਾ ਜੋ ਤੇਰਾ ਚਿੱਤ ਕਰਦਾ ਉਹਨੂੰ ਦੇ ਦੇ, ਤੇਰੇ ਕੋਲ ਬਥੇਰੇ ਹੀਰੇ ਜਵਾਹਰਾਤ ਬਹੁਤ ਹੈ। ਤਾਂ ਉਹ ਕਹਿੰਦਾ ਬਈ ਨਾ, ਤੈਨੂੰ ਮੱਥਾ ਜ਼ਰੂਰ ਟੇਕਣਾ ਪਊਗਾ। ਉਹ ਕਹਿੰਦਾ ਮੱਥਾ ਟੇਕਦਾ ਟੇਕਦਾ ਜੇ ਮੇਰਾ ਚਿੱਤ ਵਿਗੜ ਗਿਆ ਕਿ ਹੋ ਜਾਵੇ। ਕਹਿੰਦਾ ਬਈ ਕੁਛ ਵੀ ਕਰ, ਉਹ ਪੜ੍ਹਨ ਤੈਨੂੰ ਚੱਕ ਚਲਾ ਹੁੰਦਾ, ਉਹਨੂੰ ਕਹੋ ਪਤਾ ਇੱਥੇ ਸ਼ੇਰ ਹੈਗਾ। ਤਾਂ ਜਿਸ ਵਕਤ ਉਹ ਦੇਖਿਆ ਬਈ ਸ਼ੇਰ ਹੈਗਾ ਤਾਂ ਪੰਡਿਤ ਪਿੱਛੇ ਨੂੰ ਉੱਠਿਆ, ਕਹਿੰਦਾ ਪ੍ਰੋਹ ਜੀ ਆ ਜਾਓ, ਪ੍ਰੋਹ ਜੀ ਆ ਜਾਓ। ਉਹ ਹੰਸ ਕਹਿੰਦਾ ਉੱਠ, ਸ਼ੇਰ ਨੂੰ ਕਹਿੰਦਾ ਮੱਥਾ ਟੇਕ। ਸ਼ੇਰ ਨੇ ਪਏ ਪਏ ਨੇ ਤਾਂ ਨਮਸਕਾਰ ਕੀਤੀ, ਗੁਰੂ ਜੀ ਮੱਥਾ ਟੇਕਦੇ, ਦੱਸੋ ਕਿਆ ਚਾਹੀਦਾ? ਕਹਿੰਦਾ ਪ੍ਰਾਣ। ਕਹਿੰਦਾ ਪ੍ਰਾਣ ਥੋੜ੍ਹੇ ਚਾਹੀਦੇ, ਮੰਗ ਕਿਆ ਮੰਗਣਾ? ਕਹਿੰਦਾ ਇੰਨੀ ਗਰੀਬੀ ਚੜ੍ਹੀ ਪਈ ਹੈ। ਹੰਸ ਨੂੰ ਕਹਿੰਦਾ ਦੇ ਜੋ ਕੁਛ ਮੰਗਦਾ। ਉਹਨੇ ਹੀਰੇ ਜਵਾਹਰਾਤ ਨਹੀਂ ਪੰਡ ਚੁਕਾ ਦਿੱਤੀ, ਲੈ ਕੇ ਚਲਾ ਗਿਆ। ਜਦ ਉਹ ਘਰ ਗਈ ਤਾਂ ਘਰ ਵਾਲੀ ਕਹਿੰਦੀ ਹੈ ਵੀ ਤਾਂ ਨੇੜੇ ਹੱਥ ਪੈ ਗਿਆ, ਮੈਂ ਇੱਕ ਦਿਨ ਇਹਨੂੰ ਤੁਣਕ ਤਣ ਕੇ ਕੱਢਿਆ, ਵੀ ਇਹ ਤਾਂ ਕਹਿੰਦੇ ਇੱਕ ਗੇੜਾ ਹੋਰ ਮਾਰ। ਉਹ ਕਹਿੰਦਾ ਉਹ ਪਾਪੜੇ ਮਸੀਂ ਬਚ ਕੇ ਆ ਗਿਆ, ਇਹ ਪੁਸ਼ਤਾ ਨਹੀਂ ਮੁੱਕ ਸਕਦਾ, ਤੂੰ ਏਦਾਂ ਕਿਉਂ ਕਰਦੀ ਤੇ ਮੈਨੂੰ ਮਰਵਾਉਣਾ? ਕਹਿ ਤੂੰ ਤਾਂ ਅੱਗੇ ਵੀ ਮਰਨ ਤੇ ਡਰਦਾ ਤਾ। ਉਹ ਦਸੀ 20 ਮਹੀਨੇ, 2 ਮਹੀਨੇ, 4 ਮਹੀਨੇ ਦੁਖਿਆ ਵਾ, ਫਿਰ ਚਲਾ ਗਿਆ। ਚਲਾ ਗਿਆ ਤਾਂ ਉਹ ਹੰਸ ਹੰਸ ਚੱਲਦਾ ਹੋਇਆ, ਹੰਸ ਚੱਲਦਾ ਹੋ ਗਿਆ, ਕਾਗ ਦੀਵਾਨ ਬਣ ਗਿਆ। ਤਾਂ ਉਹ ਕਾਗ ਉੱਪਰ ਬੈਠਾ ਟੀਸੀ ਦੇ, ਉੱਥੇ ਦੇ ਬੈਠਾ ਕਹਿੰਦਾ ਉੱਠ ਖਾ, ਉੱਠ ਖਾ। ਬਈ ਉਹ ਆ ਗਿਆ, ਉਹ ਨਹੀਂ ਡਰਦਾ, ਪੰਡਿਤ ਨਹੀਂ ਡਰਦਾ। ਤਾਂ ਜਦ ਸ਼ੇਰ ਨੇ ਕਿਹਾ ਵੀ ਕਿਆ ਵੇ ਕੌਣ ਹੈ, ਤਾਂ ਪੰਡਿਤ ਨੇ ਜਦ ਸ਼ੇਰ ਦੇਖਿਆ
ਤਾਂ ਉਹਨੇ ਕਹੀ ਤਾਂ ਉਹ ਪੰਡਿਤ ਹੈ, ਉਹ ਬਿਲਕੁਲ ਅਣਥੜਕ ਚੱਲਿਆ ਹੁੰਦਾ। ਤਾਂ ਸ਼ੇਰ ਕਹਿੰਦਾ ਹੈ, ਕਹਿੰਦਾ ਇੱਥੇ ਖੜ ਜਾ ਪੰਡਿਤ ਜੀ, ਖੜ ਗਿਆ। ਕਹਿੰਦਾ ਹੰਸਾ ਸੇ ਸੋ ਤਜ ਗਏ, ਉਹ ਜਿਹੜਾ ਤੇਰਾ ਸਾਡਾ ਮੇਲ ਕਰਾਉਣ ਵਾਲਾ ਥਾ ਉਹ ਤਾਂ ਕਹਿੰਦੇ ਚਲਾ ਗਿਆ। ਹੰਸਾ ਸੇ ਤੋ ਤਜ ਗਏ, ਕਾਗੀ ਪਏ ਦੀਵਾਨ, ਬਿਪੁਰ ਜਾ ਕਰ ਆਪਣੇ ਸਿੰਘ ਕਿਸਕੇ। ਫਿਰ ਵੀ ਉਹ ਵੀ ਖਤਮ ਹੋ ਜਾਣਾ ਕਿਸੇ ਦਿਨ, ਇਹਨਾਂ ਨੇ ਹੁਣ ਟੱਕੀਆਂ ਖੜੀਆਂ। ਬਈ ਇਹ ਜਿਹੜੇ ਖੜੇ ਹੋ ਕੇ ਵਿਸ਼ਾਪ ਕਰਦੇ ਨੇ, ਇਹਨਾਂ ਨੂੰ ਕਿੱਥੇ ਗਿਆਨ ਆ ਜਾਊਗਾ? ਇਹ ਕਿੱਥੋਂ ਸੰਤਾਂ ਦੀਆਂ ਗੱਲਾਂ ਸੁਣਨਗੇ? ਇਹ ਕਿੱਥੇ ਵੇਦਾਂ ਗ੍ਰੰਥਾਂ ਨੂੰ ਪੜ੍ਹਨਗੇ? ਸਿਆਣੇ ਬਣੋ। ਉਹ ਜਿਹੜੀਆਂ ਤੁਹਾਡੀਆਂ ਮਾਵਾਂ ਥੀਆਂ, ਉਹ ਜਦ ਰੋਟੀ ਪਕਾਉਣ ਲੱਗਦੀਆਂ ਥੀਆਂ ਤਾਂ ਉਹ ਆਟਾ ਇੱਕ ਪੇੜਾ ਤੋੜ ਕੇ ਪਿੱਛੇ ਰੱਖ ਦਿਆ। ਪਰ ਕਿਸੇ ਨੂੰ ਪੁੱਛ ਕੇ ਦੇਖੋ ਵਾ ਇੱਦਾਂ ਕਿਉਂ? ਉਹ ਕਹਿੰਦੀ ਮੇਰੀ ਮਾਂ ਰੱਖਦੀ ਹੁੰਦੀ ਸੀ। ਉਹਨੂੰ ਪੁੱਛੋ ਕਹਿੰਦਾ ਮੇਰੀ ਮਾਂ ਰੱਖਦੀ ਹੁੰਦੀ ਸੀ। ਪਰ ਨਹੀਂ, ਉਹ ਬੜੇ ਸਿਆਣੇ ਲੋਕ ਥੇ, ਉਹ ਪਰਮਾਤਮਾ ਦਾ ਹਿੱਸਾ ਕੱਢ ਕੇ ਪਹਿਲੇ ਹੀ ਰੱਖ ਦਿੰਦੇ ਸੀ। ਪਰਮਾਤਮਾ ਨੂੰ ਭੋਗ ਲਗਵਾ ਦਿੰਦੇ ਤੇ ਉਹ ਪੇੜਾ ਪਿੱਛੇ ਰੱਖ ਕੇ ਭਾਵੇਂ ਫਿਰ ਆਪੇ ਪਕਾ ਲੈਂਦੇ ਥੇ। ਇੱਕ ਰੋਟੀ ਜਿਹੜੀ ਪਕਾਉਣੀ, ਉਹਦੇ 'ਚੋਂ ਗਊ ਨੂੰ ਵੀ ਟੁਕੜਾ ਦੇ ਦੇਣਾ, ਕੁੱਤਿਆਂ ਨੂੰ ਵੀ ਪਾ ਦੇਣਾ, ਕਾਗਾਂ ਨੂੰ ਵੀ ਪਾ ਦੇਣਾ। ਉਹ ਲੋਕ ਬਹੁਤ ਸਿਆਣੇ ਤੇ ਔਰ ਬੜੇ ਭਾਗਸ਼ਾਲੀ ਥੇ, ਔਰ ਉਹਨਾਂ ਦੇ ਕੋਲ ਕੁਛ ਵੀ ਨਹੀਂ ਤਾਂ ਉਹਨਾਂ ਦੇ ਹਿਰਦੇ ਜਿਹੜੇ ਸ਼ਾਂਤ ਰਹਿੰਦੇ ਹੁੰਦੇ ਥੇ। ਇਹ ਜਿਹੜੀ ਗਊ ਮਾਤਾ ਹੈ, ਇਹਦੀ ਕਿੱਥੇ ਤੱਕ ਤੁਹਾਡੇ ਕੋਲ ਸਿਫਤ ਕਰਨੀ ਹੈ? ਕਿਸੇ ਨੇ ਕਿਸੇ ਘਰ ਦੇ ਵਿੱਚ 100 ਸਾਲ ਇੱਕ ਗਾਂ ਨੂੰ ਰੱਖ ਲਵੇ ਕੋਈ, ਇੱਕ ਗਾਂ ਉਹਦੀ ਗਾਹਾਂ ਔਲਾਦ 100 ਸਾਲ ਗਿਣ ਕੇ ਰੱਖ ਲਵੇ, ਕਹਿੰਦੇ ਸਵਾ ਮਣ ਉਹਦੇ ਘਰ ਦੇ ਵਿੱਚ ਸੋਚਣਾ ਹੋ ਜਾਂਦਾ। ਇੱਕ ਗਾਂ ਦੀ ਔਲਾਦ ਨੂੰ ਗਿਣ ਕੇ ਦੇਖੋ ਤੁਸੀਂ। ਇੱਥੇ ਕੋਈ ਸੱਜਣ ਆਏ ਵੀ ਇਹਨੂੰ ਉਹ ਜਾਣਦੇ ਹੋਣਗੇ, ਰਕਵਾ ਸਾਹਿਬ ਜਿੱਥੇ ਸਤਿਗੁਰਾਂ ਨੇ ਅਵਤਾਰ ਲਿਆ ਹੈ ਉੱਥੇ ਇੱਕ ਪੂਰਨ ਸਿੰਘ ਭਗਤ ਸਾ। ਜਦ ਪਾਕਿਸਤਾਨ ਵੰਡ ਦੇ ਨਾਲ ਗਊਆਂ ਲੋਕਾਂ ਨੇ ਖੁੱਲ੍ਹੀਆਂ ਛੱਡ ਦਿੱਤੀਆਂ, ਤਾਂ ਉਹਨਾਂ ਦੇ ਕਿਤੀ ਬੱਛੀ ਇੱਕ ਆ ਜਾਇਆ ਕਰਨੀ ਰਾਤ ਨੂੰ, ਮੱਝਾਂ ਰੱਖਦੇ ਤੇ ਉਹਨੇ ਆ ਕੇ ਸੰਨੀ ਸੁੰਨੀ ਖਾ ਜਾਣੀ, ਸਵੇਰ ਨੂੰ ਵਿੱਚੀ ਬੈਠ ਜਾਣਾ ਉੱਥੇ। ਜਦ ਦੇਖਣੀ ਤਾਂ ਉਹਨਾਂ ਨੇ ਉਹ ਨੌਕਰਾਂ ਨੇ ਡੰਡਾ ਡੁੰਡਾ ਮਾਰ ਕੇ ਕੱਢ ਦੇਣੀ, ਕਿਤੇ ਉਹ ਭਗਤ ਨੇ ਵੀ ਦੇਖ ਲਈ। ਕਹਿੰਦਾ ਉਹ ਤਾਂ ਰੋਜ਼ੇ ਆਉਂਦੀ ਹੈ, ਇਹਨੂੰ ਕਾਹਨੂੰ ਡੰਡੇ ਮਾਰਦੇ? ਬਈ ਇਹਨੂੰ ਬੰਨ ਲਓ, ਜਿਹਦੀ ਹੋਊਗੀ ਲੈ ਜਾਊਗਾ। ਬੰਨ ਲਈ, ਕੀ ਨਿਆਮ ਨਾ ਸਭ ਨੂੰ ਲੈ ਜਾਣ ਨੂੰ। ਆਹ 10-15 ਸਾਲ ਹੋ ਗਏ, ਉਹਨਾਂ ਦੇ ਲੜਕੇ ਨੇ ਇੰਗਲੈਂਡ ਨੂੰ ਜਾਣਾ ਥਾ। ਇੰਗਲੈਂਡ ਨੂੰ ਜਾਣਾ ਤਾਂ ਗਊਆਂ ਦੀ ਸੇਵਾ ਉਹੀ ਕਰਦਾ ਥਾ। 40 ਗਊਆਂ ਵੇਚੀਆਂ ਉਹਨੇ, ਜਿਹੜੀਆਂ ਛੰਟਵੀਆਂ ਪਈਆਂ, ਕੋਈ 8,000 ਦੀ, ਕੋਈ 10,000 ਦੀ। ਉਹ ਵੇਚ ਕੇ ਚਲਾ ਗਿਆ, ਵਿੱਚ ਜਿਹੜੀਆਂ ਨਿਕੰਮੀਆਂ ਤੇ ਉਹਨਾਂ ਨੂੰ ਛੱਡ ਗਿਆ।
ਫਿਰ ਜਦ ਉਹ ਮੁੜ ਕੇ ਆਇਆ ਦੋ ਤਿੰਨ ਸਾਲੀ ਤਾਂ ਮੁੜ ਕੇ ਉਨੀਆਂ ਫੇਰ ਬਣੀਆਂ ਗਈਆਂ।